ਪੰਜਾਬ ਕਰਕੇ ਵੀ ਤੁਸੀਂ ਇਹ ਕੰਮ ਜ਼ਰੂਰ ਕਰਦੀ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਇੱਕ ਵਾਰ ਮੇਰੇ ਨਾਲ ਨਾਰਾ ਲਾਓ ਕਾਂਗਰਸ ਪਾਰਟੀ ਮੈਨੂੰ ਮੇਰੇ ਲੋਨ ਨੰਬਰ ਵਾਰਡ ਹੁਣ ਮੈਂ ਬੇਨਤੀ ਕਰਦਾ ਮੈਡਮ ਨੀਰੂ ਵਰਮਾ ਜੀ ਨੂੰ ਉਹ ਮੰਚ ਤੇ ਆ ਕੇ ਕੋਈ ਚਾਚੇ ਵਰਗਾ ਤਗੜਾ ਬੰਦਾ ਉਹ ਕਹਿੰਦਾ ਪਿੱਪਾ ਕੇ ਉਹਦਾ ਨਾ ਤਾਂ ਮੋਰੀਆਂ ਤੇ ਉਹਨਾਂ ਨੇ ਆਪਣੇ ਬਹੁਤ ਕੀਮਤੀ ਟਾਈਮ ਚੋਂ ਸਮਾਂ ਕੱਢ ਕੇ ਇੱਥੇ ਸਾਰਾ ਕੁਝ ਬੜੀ ਵਿਚਰੀ ਆ ਸਾਰਾ ਕੁਝ ਦੇਖਿਆ ਮੈਂ ਉਹੀ ਤੁਹਾਡੇ ਨਾਲ ਕਰਦੇ ਜੇ ਕਿਸੇ ਨੂੰ ਕਿਸੇ ਵੀ ਗੱਲ ਚ ਝੂਠ ਲੱਗਦਾ ਹੋਵੇ ਪਲੀਜ਼ ਉਹ ਹੱਥ ਰਾਈਜ਼ ਕਰ ਲਓ ਤਾਂ ਮੈਂ ਉਹਨੂੰ ਪੱਕਾ ਚੈਲੰਜ ਕਰੂੰਗੀ ਕਿ ਮੈਂ ਉਹਦਾ ਗੱਲ ਦਾ ਸ਼ੈਂਤੀ ਪ੍ਰਧਾਨ ਅੰਕਲ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਅੰਕਲ ਜੀ ਤੁਸੀਂ ਕਿਸੇ ਨੇ ਨੁੱਕੜ ਮੀਟਿੰਗ ਚ ਕਿਹਾ ਸੀ ਕਿ ਕੋਲਾਂ ਵਾਲੇ ਟੋਬੇ ਤੱਕ ਸ਼ੈਂਤੀ ਪ੍ਰਧਾਨ ਦਾ ਨਾਮ ਹੈ ਇਹਨਾਂ ਵਿਕਾਸ ਨਾਭੇ ਵਿੱਚ ਨਹੀਂ ਹੋਇਆ ਦੂਜੇ ਨੰਬਰ ਤੇ ਜੋ ਇਹ ਜਿਹੜੀ ਸਾਡੀ ਧੀ ਮਮਤਾ ਮਿੱਤਲ ਜੀ ਔਰ ਨਿਰਵਿਰੋਧ ਚੁਣੇ ਗਏ ਸਾਡੇ ਸ਼ਹਿਰ ਦੇ ਸਾਬਕਾ ਪ੍ਰਧਾਨ ਮੇਰੇ ਛੋਟੇ ਵੀਰ ਸ਼ਾਂਟੀ ਜੀ ਮੰਚ ਤੇ ਬਿਰਾਜਮਾਨ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਦਾ ਨੁਮਾਇੰਦਾ ਨਾਭੇ ਦੇ ਲੋਕਾਂ ਦਾ ਨੌਕਰ ਆ ਇਹ ਕਮੇਟੀ ਦੀ ਜਗ੍ਹਾ ਸੜਕ ਬਣੇਗੀ ਇੱਥੇ ਰਸਤਾ ਰਹੇਗਾ ਰਸਤਾ ਖਲਾਇਆ ਆ ਮੇਰੀ ਭੈਣ ਨੇ ਬੀਬੀ ਕੀ ਬੋਲਦੀ ਸੀ ਨੀਰੂ ਵਰਮਾ ਜੀ ਬੋਲਦੇ ਸੀ ਕੀ ਮੰਗਿਆ ਪਾਰਕ ਬਣ ਗਿਆ ਪਾਰਕ ਤੁਹਾਨੂੰ ਬਚਨ ਦਿੰਦਾ ਪਾਰਕ ਬਣੇਗਾ ਤਾਂ ਤੁਹਾਡੀ ਆਪਣੇ ਵਾਸਤੇ ਵੋਟਾਂ ਤਾਂ ਮੰਗਣ ਆਓ ਪਰ ਇਹੋ ਆ ਨਹੀਂ ਦਿੱਤੀ ਕਿਸੇ ਨੇ ਮੰਦਰ ਨੂੰ ਜਵਾਨੀ ਦਿੱਤੀ ਕਿਸੇ ਧਾਰਮਿਕ ਸੰਸਥਾ ਨੂੰ ਦਿੱਤੀ ਮੋਨੂ ਨੂੰ ਕਿਹਾ 5 ਲੱਖ ਚੱਕ ਬਈ ਆ ਤੁਹਾਡੇ ਹੱਥ 9 ਨੰਬਰ ਵਾਰਡ ਨੂੰ ਲੈ ਲਓ ਬਾਕੀ ਛੱਡੋ ਸ਼ਿਵ ਮੰਦਿਰ ਨਾਗਰਾ ਚੌਂਕ 5 ਲੱਖ ਰੁਪਇਆ ਮਾਤਾ ਜਵਾਲਾ ਜੀ ਮੰਦਿਰ ਜੱਟਾਂ ਵਾਲਾ 5 ਲੱਖ ਰੁਪਇਆ ਸਤਰੀ ਸ਼ਨੀਦੇਵ ਮੰਦਿਰ ਹਕੀਮਾ 3 ਲੱਖ ਰੁਪਇਆ ਸਟ੍ਰੀਟ 18 ਲੱਖ ਰੁਪਇਆ ਇਕੱਲੇ ਇਸ ਵਾਰਡ ਨੂੰ ਤਾਂ ਧਾਰਮਿਕ ਜਿਹੜਾ ਗਲੀਆਂ ਨਾਲੀਆਂ ਦਾ ਵੱਖਰਾ ਹੈ ਜਿਹੜਾ ਮੈਨੂੰ ਤਾਕਤ ਦੱਸੀ ਹੈ ਮੇਰਾ ਅਖਤਿਆਰੀ ਫੰਡ ਹੈ ਅਖਤਿਆਰੀ ਫੰਡ ਤਾਂ ਪਹਿਲਾਂ ਵੀ ਹੁੰਦਾ ਸੀ ਮੈਂ ਪੁੱਛਣਾ ਚਾਹੁੰਦਾ ਅੱਜ ਵੱਡੇ ਕਮਾਂਡਰ ਨਾਢੂ ਖਾਨ ਅਕਾਲੀਆਂ ਦੇ ਵੀ ਮਿਨਿਸਟਰ ਰਹੇ ਨੇ ਕਾਂਗਰਸ ਦੇ ਵੀ ਰਹੇ ਨੇ ਨਾਭੇ ਬੰਨੀ ਕੋ ਚੱਕ ਕੇ ਕਿਸੇ ਮੰਦਿਰ ਨੂੰ ਕਿਸੇ ਧਰਮਸ਼ਾਲਾ ਨੂੰ ਕਿਸੇ ਗਰੀਬ ਨੂੰ ਦਿੱਤਾ ਪੈਸਾ ਤੇ ਫਿਰ ਭਾਈ ਕਿਹੜੇ ਨਾਂ ਤੇ ਤੁਸੀਂ ਵੋਟਾਂ ਹੁਣ ਮੰਗਦੇ ਕਾਹਦੇ ਫਿਰਦੇ ਹੋ ਕਹਿੰਦੇ ਵਕਤੋਂ ਖੁੰਗੀ ਡੂੰਗਣੀ ਗਾਵੇ ਆਲ ਪਤਾਲ ਹੁਣ ਭਾਈ ਆਲ ਪਤਾਲ ਨਾ ਗਾਵੋ ਹੁਣ ਤਿਲਾਂ ਚ ਤੇਲ ਨਹੀਂ ਰਿਹਾ ਹੁਣ ਤਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਲੋਕਾਂ ਨੇ ਬਣਾਈਆ ਦੁਬਾਰਾ ਬਣਾਉਣ ਨੂੰ ਤਿਆਰ ਬੈਠੇ ਆ ਲੋਕ ਅਮਰਿੰਦਰ ਸਾਰੀ ਸਾਡੇ ਯੂਥ ਦੇ ਸਾਡੇ ਟੋਨੀ ਜੀ ਨਾਮ ਦੇ ਚੱਕਰ ਚ ਹੋਈ ਉਲਝਣ ਵਾਲੀ ਗੱਲ ਹੋ ਜਾਣੀ ਹੈ ਕਿਉਂਕਿ ਸਾਰੀ ਸਰਕਾਰ ਯੋਗ ਮੈਂ ਮੰਤਰੀ ਸਾਹਿਬ ਦਾ ਤੁਹਾਨੂੰ ਬੜੇ ਵਿਸਤਾਰਪੂਰਵਕ ਮੰਤਰੀ ਜੀ ਨੇ ਦੱਸਿਆ ਡਿੱਕੀ ਨਾਂਟੀ ਜੀ ਵੀ ਬੈਠੇ ਨੇ ਕਿ ਨਾਭੇ ਦੀ ਜੇ ਗੱਲ ਕਰੀਏ ਕਿ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਦੀ ਰਹਿਨੁਮਾਈ ਹੇਠ ਕਰੋੜਾਂ ਰੁਪਈਆਂ ਦੇ ਕੰਮ ਹੋਏ ਨੇ ਜਿਹਦਾ ਕਿ ਜੇ ਆਪਾਂ ਵਰਣਨ ਕਰਨ ਲੱਗੀਏ ਕੋਈ ਉਹ ਮੁੱਕਦਾ ਸਕਦਾ ਨਹੀਂ ਤੁਸੀਂ ਇੱਕ ਚੀਜ਼ ਦੇਖੋ ਕਿ ਆਪਾਂ ਆਪਣੇ ਵਾਰਡ ਦੀ ਗੱਲ ਕਰਦੇ ਹਾਂ ਜੇ ਪਰਟੀਕੁਲਰ ਜਿਸ ਤਰ੍ਹਾਂ ਕਿ ਚੋਣ ਮੈਨੀਫੈਸਟੋ ਆਪਾਂ ਬਣਾਇਆ ਇਹਦੇ ਵਿੱਚ ਆਪਣੇ ਮੁਹੱਲੇ ਦਾ ਮੰਦਰ ਹੈ ਸ਼ਾਇਦ ਉਹ ਥੋੜ੍ਹਾ ਜਿਹਾ ਮੰਤਰੀ ਸਾਹਿਬ ਨੂੰ ਬੋਲਣ ਲੱਗੇ ਉਹ ਲੱਗਿਆ ਜੱਟਾਂ ਵਾਲਾ ਐਕਚੁਅਲੀ ਭੱਟਾਂ ਵਾਲੇ ਮੁਹੱਲੇ ਦਾ ਜੋ ਆਪਣਾ ਮੰਦਰ ਹੈ ਸਾਰੇ ਬੈਠੇ ਹੋ
5 लाख रुपया मंत्री जी ने अख्तियारी बन चो वास्ते दिता है जिदा कि उसने मत्था भी टेक लिया। उही चीज नगरा चौंक आप जाने शिव मंदिर दे विच मंत्री साहब ने 5 लाख रुपया दिता काला जी प्रधान जी उरे बैठे ने। शनि मंदिर मैं एक गल कहनी चाहना मंत्री साहब जेड़ा मेरा छोटा भरा जो भी झाड़ू की टिकट तो खड़ा होया ओ मंदिर नू तुसी 3 लाख रुपया अपने अख्तियारी फंड चो दिता है। दुर्गा माता मंदिर हकीमा वाली गली ओनू भी 5 लाख रुपया दिता है। सो मैं जित चुके बाई दे बाई ए भी जिता सब बहुत बहुत धन्यवाद करते हैं। आते बहुत ज्यादा सानू हुलारा मिले है साढ़े सारे वार्ड वासी साढ़े नाल ने तुम इस राष्ट्र को देख के देख ही रहे हो कि प्यार करते सानू सारे जिवें कि जनता का प्यार तो थोड़ा मिल रहा है वार्ड नंबर 10 चो पहले ही जिवें कि कांग्रेस का खाता खुल गया तो हुण जिहड़े 22 वार्ड रह चुके ने थोनू अपने अपने आप तो अपने उम्मीदवारों तो जिहड़े कांग्रेस के नाल जुड़े हुए हैं कितनी उम्मीद है उन्होंने जीतू नहीं असीं 22 दे 22 सारी सीटा लैके जावांगे तुहाडे सामने रिजल्ट आने हुण हफ्ता ही रह गया कोई गल तुसीं देखियो तो जनता का जिवें हुण हुंगारा मिलता हुंदा है रैलियां दे विच थोनू कितना हुंगारा मिल रहा है 100% ਹੁੰਗਾਰਾ ਮਿਲ ਰਿਹਾ ਸਾਨੂੰ ਤੁਸੀਂ ਦੇਖ ਹੀ ਰਹੇ ਹੋ 101% ਮਿਲ ਰਿਹਾ ਜੀ 101% ਹੁੰਗਾਰਾ ਮਿਲ ਰਿਹਾ ਤੁਸੀਂ ਨਾਲ ਜਾਣਦੇ ਹੋ ਆਪ ਜਨਤਾ ਦੇ ਵਿੱਚ ਵਿਚਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਬਾਕੀ ਜਨਤਾ ਦੇ ਬਾਰੇ ਵੀ ਤੇ ਆਪਣੇ ਜੋ ਕਿ ਮਮਤਾ ਮਿੱਤਲ ਜੀ ਨੇ ਸ਼ੁਰੂ ਤੋਂ ਤੁਹਾਡੇ ਨਾਲ ਰਹਿ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਮਮਤਾ ਮਿੱਤਲ ਮਾਰ ਸਾਹਿਬ ਸ਼ੁਰੂ ਸੇ ਹੈ ਹਮ ਲੋਕ ਇਨਕੋ ਸਿਰਫ ਸ਼ਕਲ ਸੇ ਨਹੀਂ ਦੇਖ ਰਹੇ ਹਮ ਇਨਕੇ ਕਾਮ ਦੇਖ ਕੇ ਅੱਗੇ ਬੜਤੇ ਹੈ ਲੋਕ ਵੀ ਕਾਮ ਦੇਖ ਕੇ ਅੱਗੇ ਬੜਤੇ ਹੈ ਤੋ ਹਮਾਰੇ ਕੋ 95% ਤੋਂ ਕਾਮ ਹੋ ਚੁੱਕੇ ਹੈ 5% ਰਹਿ ਗਏ ਉਹ ਹੋ ਜਾਣਗੇ ਕਾਮ ਥੈਂਕ ਯੂ ਮੈਮ ਬਹੁਤ ਵਧੀਆ ਰਿਹਾ ਜੀ ਲੋਕਾਂ ਦਾ ਫੱਠਾ ਮਾਰਦਾ ਖੱਟ ਤੁਹਾਨੂੰ ਦਿਖਦਾ ਹੀ ਹੈ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਾਰੇ ਲਾਂਬੇ ਦੇ ਸ਼ਹਿਰ ਦੇ ਲੋਕ ਵੀ ਅੰਦਾਜ਼ਾ ਲਾ ਸਕਦੇ ਆ ਕਿਉਂਕਿ ਇਹ ਵਾਰਡ ਨੰਬਰ 9 ਦੇ ਹੀ ਵਾਸੀ ਨੇ ਕੋਈ ਬਾਹਰੋਂ ਇਕੱਠੀ ਕੀਤੀ ਹੋਈ 2-2, 400-400 ਤੇ ਜਨਤਾ ਨਹੀਂ ਹੈ ਇਸ ਲਈ ਮੈਂ ਤੁਹਾਨੂੰ ਦੱਸਦੀ ਹਾਂ ਵੀ ਅੱਜ ਮੰਤਰੀ ਜੀ ਨੇ ਸਾਡੇ ਲਈ ਬਹੁਤ ਕੁਛ ਸਾਨੂੰ ਦੱਸ ਕੇ ਗਏ ਨੇ ਅਤੇ 22 ਦੀਆਂ ਇਲੈਕਸ਼ਨਾਂ ਲਈ ਉਹਨਾਂ ਨੇ ਸਾਡੇ ਲਈ ਬਹੁਤ ਕੁਛ ਕਹਿਤਾ ਵੀ ਮੈਂ ਤਾਂ ਮੰਗਣ ਆਊਂਗਾ ਜੇ ਮੈਂ ਇਹ ਇਲੈਕਸ਼ਨਾਂ ਜੇ ਮੈਂ ਤੁਹਾਡੇ ਕੰਮ ਪੂਰੇ ਕਰੂੰਗਾ ਤਾਂ ਮੈਂ ਇਹ ਅਗਲੀ ਇਲੈਕਸ਼ਨ ਤੁਹਾਡੇ ਤੋਂ ਮੰਗਣ ਆਊਂਗਾ ਤਾਂ ਇਸ ਲਈ ਸਾਨੂੰ ਬਹੁਤ ਬਹੁਤ ਵਧੀਆ ਲੱਗਿਆ ਅਤੇ ਸਾਨੂੰ ਉਮੀਦ ਹੈ ਵੀ ਅਸੀਂ ਜਿਹੜੇ ਵਿਰੋਧੀ ਨੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਅਤੇ ਮੇਰੀ ਭੈਣ ਜਿਹੜੀ ਮਮਤਾ ਮਿੱਤਲ ਆ ਤਾਂ ਇਹਨੂੰ ਬਹੁਤ ਬਹੁਤ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਹੋਊਗੀ ਤਾਂ ਮੈਨੂੰ ਪੂਰੀ ਪੂਰੀ ਉਮੀਦ ਹੈ ਜੀ। ਮੈਂ ਤਾਂ ਇਹ ਅਪੀਲ ਕਰੂੰਗਾ ਕਿ ਜੋ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਸਰਦਾਰ ਸਾਹਿਬ ਸਿੰਘ ਧਰਮਸੋਤ ਦੀ ਰਹਿਨਮਾਈ ਹੇਠ ਨਾਭੇ ਦੇ ਜੋ ਵਿਕਾਸ ਹੋਏ ਨੇ ਤਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਅਸੀਂ ਚੋਣ ਲੜ ਰਹੇ ਹਾਂ। ਸੋ ਮੈਂ ਇੱਥੇ ਅੱਜ ਮੰਤਰੀ ਸਾਹਿਬ ਵੀ ਆਏ ਨੇ ਮੇਰੀ ਧਰਮ ਪਤਨੀ ਨੂੰ ਇੱਥੋਂ ਵਾਰਡ ਨੰਬਰ 9 ਚੋਂ ਖੜ੍ਹੇ ਹਾਂ ਅਤੇ ਸਾਰੇ ਵਾਰਡ ਵਾਸੀ ਖੜ੍ਹੇ ਹਾਂ ਉਹਨਾਂ ਨੂੰ ਆਸ਼ੀਰਵਾਦ ਦੇਣ ਅਤੇ ਮੈਨੂੰ ਆਪਣੇ ਵਾਰਡ ਵਾਸੀਆਂ 'ਤੇ ਪੂਰਾ ਮਾਣ ਹੈ ਕਿ ਜੋ ਜਿਵੇਂ ਉਹਨਾਂ ਨੇ ਮੇਰੇ 'ਚ ਵਿਸ਼ਵਾਸ ਰੱਖ ਕੇ ਪਹਿਲਾਂ ਵੀ ਮੈਨੂੰ ਜਿਤਾ ਕੇ ਇੱਥੋਂ ਭੇਜਿਆ ਉਵੇਂ ਹੀ ਵਾਈਫ ਨੂੰ ਜਿਤਾ ਕੇ ਅਤੇ ਨਾਭੇ ਵੈਸੇ ਵੀ ਸਾਡੇ ਜੋ 22 ਵਾਰਡ ਹੋਰ ਰਹਿ ਗਏ ਨੇਗੇ ਉਹਨਾਂ 'ਚੋਂ ਸਾਰੀ ਕਾਂਗਰਸ ਦੀ ਕਮੇਟੀ ਬਣਾ ਕੇ ਜੋ ਨਾਭੇ ਦੇ 95% ਕੰਮ ਹੋ ਚੁੱਕੇ ਜੋ 5% ਅਧੂਰੇ ਕੰਮ ਨੇ ਉਹਨੂੰ ਅਸੀਂ ਪੂਰਾ ਕਰਾਂਗੇ ਜਿਸ ਦੇ ਵਿੱਚ ਸਭ ਤੋਂ ਵੱਡਾ ਸਾਡਾ ਮੇਨ ਹੁਣ ਜੋ ਕੰਮ ਰਹਿੰਦਾ ਨਾਭੇ ਸ਼ਹਿਰ ਦਾ ਉਹ ਇਹੀ ਹੈ ਕਿ ਜਿਹੜੀਆਂ ਗਲੀਆਂ ਨਾਲੀਆਂ ਜੋ ਨਾਲੀਆਂ ਨੇਗੀਆਂ ਉਹਨਾਂ ਨੂੰ ਅਸੀਂ ਅੰਡਰਗਰਾਊਂਡ ਕਰਨਾ ਇਹ ਸਾਡਾ ਸਭ ਤੋਂ ਵੱਡਾ ਕੰਮ ਹੈ।